बुझ गई
Mandali na
पिछली बार में एक शब्द से जब लग तेल दीवे मुख बाकी पिछले हफ्ते का बाबा कबीर जी के शब्दों की इस लड़ी विचों आया होया एक शब्द जब लग तेल दीवे मुख बाकी तब सूझ है सब कोई तेल जला बाकी ठहरानी सुना मंदर होई शरीर दी जीवन दी कहानी शरीरक जीवन विच ए शक्ति दी बत्ती ओनी देर जगदी है जिन्नी देर इन दे विच स्वासां दा तेल होए एक एग्जांपल दित्ती क्योंकि दीवा बलद है उसके बत्ती की तेल दो चीजों की लोड़ होती है तेल मुक जाए
ਬੱਤੀ ਕੁਛ ਦੇਰ ਆਪਣੇ ਆਪ ਵਿੱਚ ਸਮੋਈ ਬੈਠੇ ਤੇਲ ਨੂੰ ਜਲਾ ਕੇ ਖਤਮ ਹੋ ਜਾਂਦਾ। ਮਨੁੱਖ ਦੇ ਅੰਦਰ ਸਵਾਸਾਂ ਦਾ ਤੇਲ ਮੁੱਕ ਜਾਏ ਪਲ ਦੋ ਪਲ ਵਿੱਚ, ਦੋ ਚਾਰ ਪੰਜ ਮਿੰਟਾਂ ਵਿੱਚ, ਦੇਖਦਿਆਂ ਦੇਖਦਿਆਂ ਲਾਈਟ ਬੁੱਝ ਜਾਂਦੀ, ਜੀਵਨ ਦੀ ਰੋਸ਼ਨੀ, ਜੀਵਨ ਦਾ ਚਾਨਣ ਖਤਮ ਹੋ ਜਾਂਦਾ। ਇਹ ਸਰੀਰ ਦਾ ਵਿਹੜਾ, ਇਹ ਸਰੀਰ ਦਾ ਘਰ ਸੁਨਿਆ ਹੋ ਜਾਂਦਾ ਉਸ ਦਿਨ ਦੇ ਖਿਆਲ ਸਨ, ਕਿਉਂਕਿ ਜਿੰਨੀ ਦੇਰ ਘਰ ਵਿੱਚ ਰੋਸ਼ਨੀ ਹੋਵੇ ਓਨੀ ਦੇਰ ਹੀ ਚਹਿਲ ਪਹਿਲ ਹੁੰਦੇ, ਗੁਆਂਢੀ ਮਿੱਤਰ ਦੋਸਤ ਵੀ ਓਨੀ ਦੇਰ ਹੀ ਮਿਲਣ ਆਉਂਦੇ ਨੇ। ਜਿਸ ਵੇਲੇ ਘਰ ਵਿੱਚੋਂ ਲਾਈਟ ਚਲੀ ਜਾਏ ਲੋਕ ਸਮਝਦੇ ਨੇ ਸਭ ਸੌ ਗਏ ਨੇ, ਹੁਣ ਇੱਥੇ ਕੁਛ ਨਹੀਂ। ਇਸ ਲਈ ਲੋਕਾਂ ਦਾ ਸਾਥ ਟੁੱਟ ਜਾਂਦਾ ਹੈ। ਜਬ ਲਗ ਤੇਲ ਦੀਵੇ ਮੁੱਖ ਬਾਤੀ ਤਬ ਸੂਝੇ ਸਭ ਕੋਈ, ਤੇਲ ਜਲਾ ਬਾਤੀ ਠਹਿਰਾਂ ਨਹੀਂ ਸੂਨਾ ਮੰਦਰ ਹੋਈ। ਅਰੇ ਬੋਰੇ ਤੋਏ ਘਰੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋ ਕਾਕੇ ਪਾਤ ਪਿਤਾ ਕਉ ਕਾਕੋ ਕਵਨ ਪੁਰਖ ਕੀ ਜੋਈ। ਕਿਉਂਕਿ ਅੰਦਰ ਜੋਤ ਨਹੀਂ ਜਗ ਰਹੀ, ਅੰਦਰ ਸੁਨਿਆ ਹੋ ਗਿਆ, ਸਰੀਰ ਦੇ ਵਿਹੜੇ ਵਿੱਚ ਹੁਣ ਕੋਈ ਆਹਟ ਨਹੀਂ, ਕਿਉਂਕਿ ਆਹਟ ਜਿੰਨੀ ਹੈ ਓਨੀ ਰੋਸ਼ਨੀ ਨਾਲ ਸੰਬੰਧ ਰੱਖਦੀ ਹੈ ਦੀਵੇ ਨਾਲ। ਮਨੁੱਖ ਦੀਵਾ ਬੁਝਾਉਂਦਾ ਹੀ ਉਦੋਂ ਹੀ ਜਦੋਂ ਆਹਟ ਖਤਮ ਕਰਨੀ ਹੋਵੇ, ਜਦੋਂ ਇਹ ਫੈਸਲਾ ਕਰ ਲਏ ਕਿ ਹੁਣ ਸੌਂ ਜਾਣਾ ਹੈ, ਕੁਛ ਨਹੀਂ ਕਰਨਾ। ਉਸ ਟਾਈਮ ਤੇ ਆਖਦਾ ਹੈਗਾ ਵੀ ਹੁਣ ਲਾਈਟ ਆਫ ਕਰ ਦੇ, ਕਿਉਂਕਿ ਉਹਨੂੰ ਪਤਾ ਬੱਤੀ ਬੁੱਝਣ ਤੋਂ ਬਾਅਦ, ਲਾਈਟ ਬੁੱਝਣ, ਜੋਤ ਬੁੱਝਣ ਤੋਂ ਬਾਅਦ ਕੁਝ ਕੰਮ ਵੀ ਨਹੀਂ ਹੋ ਸਕਣਾ, ਨਾ ਅੱਖਾਂ ਨੇ ਕਰਨਾ, ਨਾ ਜ਼ਬਾਨ ਨੇ ਕਰਨਾ, ਨਾ ਕੰਨਾਂ ਨੇ ਕਰਨਾ। ਇਸ ਲਈ ਲਾਈਟ ਆਫ ਹੋਣ ਦਾ ਮਤਲਬ ਹੈ ਸਾਰਾ ਕੰਮ ਰੁਕ ਗਿਆ। ਸਰੀਰ ਦੀ ਕਹਾਣੀ ਬਾਬਾ ਕਬੀਰ ਜੀ ਨੇ ਬਿਆਨ ਕੀਤੀ। ਅੱਜ ਦੇ ਸ਼ਬਦ ਵਿੱਚ ਐਗਜ਼ਾਮਪਲ ਉਸੇ ਕਿਸਮ ਦੀ ਲਈ ਨੇ, ਪਰ ਸਰੀਰ ਦੇ ਅੰਦਰ ਦੀ ਇੱਕ ਹੋਰ ਚੱਲ ਰਹੀ ਕਹਾਣੀ ਨੂੰ ਉਜਾਗਰ ਕੀਤਾ। ਸਰੀਰ ਦੀ ਨਹੀਂ, ਸਰੀਰ ਦੇ ਅੰਦਰ ਦੀ, ਅੰਦਰ ਹੋ ਕੀ ਰਿਹਾ। ਕਹਿੰਦੇ ਨੇ ਮਨ ਨੂੰ ਇਹ ਸਰੀਰਕ ਜੀਵਨ ਹੈ ਇੱਕ ਮੰਚ ਬਣ ਗਿਆ ਹੈ, ਮੰਚ ਬਣ ਗਿਆ ਹੈ। ਕਿਸੇ ਨਾਟਕ ਲਈ ਇੱਕ ਥੀਏਟਰ ਬਣ ਗਿਆ ਹੈ, ਜਿਸ ਪਲੇਟਫਾਰਮ ਤੇ, ਜਿਸ ਮੰਚ ਤੇ ਬੈਠ ਕੇ ਜੀਵਨ ਆਪਣੇ ਵੱਲੋਂ ਕੁਝ ਅਭਿਨੇ ਕਰ ਰਿਹਾ, ਐਕਟ ਕਰ ਰਿਹਾ, ਕੁਝ ਖੇਡ ਖੇਡ ਰਿਹਾ। ਤੇ ਖੇਡ ਭਾਵੇਂ ਸਰੀਰ ਦੀ ਹੋਵੇ ਤੇ ਭਾਵੇਂ ਸਰੀਰ ਦੇ ਅੰਦਰ ਦੀ ਹੋਵੇ, ਓਨੀ ਦੇਰ ਹੀ ਚੱਲਦੀ ਜਿੰਨੀ ਦੇਰ ਰੋਸ਼ਨੀ ਹੋਵੇ। ਰੋਸ਼ਨੀ ਬੁੱਝ ਜਾਏ, ਨਾ ਸਰੀਰ ਨੇ ਖੇਡਣਾ, ਨਾ ਸਰੀਰ ਦੇ ਅੰਦਰ ਬੈਠੇ ਹੋਏ ਮਨ ਨੇ ਖੇਡਣਾ। ਤਨ ਤੇ ਮਨ ਦੋ ਹੀ ਚੀਜ਼ਾਂ ਨੇ, ਤਨ ਵੀ ਓਨੀ ਦੇਰ ਹੀ ਖੇਡਦਾ ਜਿੰਨੀ ਦੇਰ ਸਵਾਸਾਂ ਦਾ ਤੇਲ ਨਹੀਂ ਮੁੱਕਦਾ ਤੇ ਜੀਵਨ ਦੀ ਸ਼ਕਤੀ ਰੂਪ ਜੋਤ ਨਹੀਂ ਬੁੱਝਦਾ, ਓਨੀ ਦੇਰ ਤਨ ਕੁਝ ਖੇਡਾਂ ਖੇਡਦਾ। ਤੇ ਤਨ ਦੇ ਅੰਦਰ ਮਨ ਹੈ, ਮਨ ਨੂੰ ਮਿਲਿਆ ਹੋਇਆ ਤਨ ਇੱਕ ਮੰਚ, ਉਹ ਵੀ ਖੇਡਾਂ ਖੇਡਦਾ, ਉਹਦੀ ਵੀ ਇੱਕ ਆਪਣੀ ਕਹਾਣੀ ਹੈ। ਪਰ ਇੱਕ ਖਿਆਲ ਰੱਖਿਓ, ਕਹਾਣੀ ਮਿਲਦੀ ਜੁਲਦੀ ਕਿਵੇਂ ਹੈ, ਉਹਨੂੰ ਵੀ ਰੋਸ਼ਨੀ ਦੀ ਲੋੜ ਹੈ, ਚਾਨਣ ਦੀ ਲੋੜ ਹੈ। ਲੇਕਿਨ ਉਹ ਚਾਨਣ ਦਾ ਇੱਕ ਹੋਰ ਤਰਫ ਲੈਂਦਾ, ਗੁਰਬਾਣੀ ਨੂੰ ਜਿਉਂ ਜਿਉਂ ਖੋਜੀਏ ਕੁਝ ਨਾ ਕੁਝ ਮਿਲਦਾ। ਉਹ ਚਾਨਣ ਦਾ ਦੂਜਾ ਪੱਖ ਲੈ ਰਿਹਾ, ਉਹ ਲੈ ਰਿਹਾ ਕਿਉਂਕਿ ਚਾਨਣ ਜਿੰਨਾ ਹੈ ਉਹ ਅੱਗ ਦਾ ਹੀ ਰੂਪ ਹੈ, ਰੋਸ਼ਨੀ ਜਿੰਨੀ ਹੈ ਉਹਦਾ ਕੇਂਦਰ ਜਿਹੜਾ ਹੈ ਉਹ ਅੱਗ ਹੈ।
ਭਾਵੇਂ ਆਕਾਸ਼ 'ਤੇ ਚੜ੍ਹਨ ਵਾਲਾ ਸੂਰਜ ਹੈ ਜਿਹੜਾ ਸਾਰੀ ਦੁਨੀਆਂ ਨੂੰ ਰੋਸ਼ਨੀ ਦਿੰਦਾ, ਚਾਨਣ ਦਿੰਦਾ, ਅਤੇ ਰੋਸ਼ਨੀ ਦਾ ਚਾਨਣ ਦਾ ਕੇਂਦਰ ਹੈ। ਪਰ ਇੱਕ ਖਿਆਲ ਕਰਿਓ, ਸਾਇੰਟਿਫਿਕ ਢੰਗ ਨਾਲ ਵੀ ਕਦੀ ਦੇਖੋ ਕਿ ਜਿਹੜਾ ਸੂਰਜ ਹੈ ਉਹ ਅਕਸਰ ਦੂਜੇ ਰੂਪ ਵਿੱਚ ਅੱਗ ਦਾ ਹੀ ਕੇਂਦਰ ਹੈ। ਦੁਨੀਆਂ ਦੇ ਲੋਕ ਚੰਦਰਮਾ ਕੋਲ ਤੇ ਚਲੇ ਜਾਂਦੇ ਨੇ, ਹਾਲਾਂਕਿ ਉਹ ਵੀ ਰੋਸ਼ਨੀ ਦਿੰਦਾ, ਪਰ ਉਹ ਉਹਦਾ ਹੀ ਅੱਗੋਂ ਰੋਸ਼ਨੀ ਲੈ ਕੇ ਸੂਰਜ ਕੋਲ ਦਿੰਦਾ। ਇਸ ਲਈ ਆਪਣੇ ਵਿੱਚ ਰੋਸ਼ਨੀ ਨਾ ਹੋਣ ਕਰਕੇ ਉਹਦੇ ਆਪਣੇ ਵਿੱਚ ਅੱਗ ਵੀ ਕੋਈ ਨਹੀਂ। ਲੋਕ ਉੱਥੇ ਤੱਕ ਚਲੇ ਗਏ ਕਿਉਂਕਿ ਉਹਦੇ ਆਪਣੇ ਵਿੱਚ ਰੋਸ਼ਨੀ ਨਹੀਂ, ਇਸ ਲਈ ਉਹਦੇ ਵਿੱਚ ਆਪਣੇ ਵਿੱਚ ਅੱਗ ਵੀ ਕੋਈ ਨਹੀਂ। ਸੂਰਜ ਵਿੱਚ ਆਪਣੇ ਵਿੱਚ ਰੋਸ਼ਨੀ ਉਹ ਕੇਂਦਰ ਹੈ ਅੱਗ ਦਾ, ਇਸ ਲਈ ਉਹਦੇ ਨੇੜੇ ਕੋਈ ਨਹੀਂ ਜਾਂਦਾ। ਅੱਜ ਤੱਕ ਕਿਸੇ ਨੇ ਇਹ ਤਹੀਆ ਤੇ ਫੈਸਲਾ ਨਹੀਂ ਕੀਤਾ ਅਸੀਂ ਸੂਰਜ ਤੇ ਜਾ ਕੇ ਵੀ ਕੋਈ ਰਾਕਟ ਉਤਾਰਾਂਗੇ, ਉੱਥੇ ਵੀ ਜਾ ਕੇ ਆਪਣੀ ਕੋਈ ਧਰਤੀ ਵਸਾਵਾਂਗੇ, ਉੱਥੇ ਵੀ ਕੋਈ ਆਪਣੀ ਚਹਿਲ ਪਹਿਲ ਪਤਾ। ਉਹਨੂੰ ਪਤਾ ਜਿਹੜਾ ਨੇੜੇ ਵੀ ਜਾਏਗਾ ਉਹ ਆਪੇ ਭਸਮ ਹੋ ਜਾਏਗਾ। ਰੋਸ਼ਨੀ ਜਿਹੜੀ ਹੈ ਅੱਗ ਦਾ ਕੇਂਦਰ ਹੈ। ਹੁਣ ਇੱਥੇ ਜਿਹੜੀ ਐਗਜ਼ਾਮਪਲ ਦਿੱਤੀ ਮੈਂ ਬੜੀ ਡੀਪਲੀ ਸੋਚ ਕੇ ਦਿੱਤੀ ਹੈ। ਕਹਿੰਦੇ ਨੇ ਜਦੋਂ ਮਨ ਨੇ ਕੋਈ ਆਪਣਾ ਤਮਾਸ਼ਾ ਆਪਣੀ ਕਹਾਣੀ ਛੇੜਨੀ ਸੀ, ਉਹਨੂੰ ਪਤਾ ਸੀ ਰੋਸ਼ਨੀ ਦੀ ਤਾਂ ਲੋੜ ਹੈ, ਨਾ ਤਨ ਦੀ ਖੇਡ ਖੇਡੀ ਜਾ ਸਕਦੀ ਹੈ ਬਿਨਾਂ ਰੋਸ਼ਨੀ ਦੇ, ਨਾ ਮਨ ਦੀ ਖੇਡ ਖੇਡੀ ਜਾ ਸਕਦੀ, ਲੋੜ ਤਾਂ ਹੈ। ਪਰ ਉਹਨੇ ਆਖਿਆ ਮੈਂ ਕਿਉਂ ਨਾ ਅੱਗ ਨੂੰ ਆਧਾਰ ਬਣਾ ਲਵਾਂ। ਅੱਗ ਰੋਸ਼ਨੀ ਭਾਵੇਂ ਦੀਵੇ ਵਿੱਚ ਬਣ ਲਓ, ਭਾਵੇਂ ਵਿਹੜੇ ਵਿੱਚ ਚਾਰ ਲੱਕੜਾਂ ਇਕੱਠੀਆਂ ਕਰਕੇ ਬਣ ਲਓ, ਜਿੱਥੇ ਰੋਸ਼ਨੀ ਆਉਣੀ ਉੱਥੇ ਅੱਗ ਹੋਣੀ। ਕਿਸੇ ਨਾ ਕਿਸੇ ਰੂਪ ਵਿੱਚ ਅੱਗ ਭਾਵੇਂ ਲਾਈਟ ਹੈ, ਇਹਦੇ ਨਾਲ ਅਸੀਂ ਅੱਗ ਨੂੰ ਕੰਟਰੋਲ ਕੀਤਾ, ਪਰ ਹੈ ਤਾਂ ਇਹਦੇ ਅੰਦਰ ਵੀ ਅੱਗ ਹੀ। ਕਈ ਵਾਰ ਘਰਾਂ ਨੂੰ ਅੱਗ ਲੱਗ ਜਾਂਦੀ ਹੈ, ਲੋਕਾਂ ਨੂੰ ਸ਼ਾਰਟ ਹੋਇਆ ਕਿਉਂਕਿ ਹੈ ਤਾਂ ਅੰਦਰ ਅੱਗ ਹੀ ਨਾ, ਇਹ ਗੱਲ ਵੱਖਰੀ ਹੈ। ਮੈਂ ਕੰਟਰੋਲ ਕੀਤਾ ਹੋਇਆ ਕਿਉਂਕਿ ਰੋਸ਼ਨੀ ਜਿੰਨੀ ਹੈ ਉਹ ਅੱਗ ਦਾ ਪ੍ਰਤੀਕ ਹੈ। ਤੇ ਹੁਣ ਮਨ ਨੇ ਕੀਤਾ, ਮਨ ਨੂੰ ਲੋੜ ਸੀ ਰੋਸ਼ਨੀ ਦੀ ਆਪਣੀ ਖੇਡ ਖੇਡਣ ਵਾਸਤੇ। ਜਿਹੜੀ ਮਨ ਖੇਡ ਖੇਡਦਾ ਵਿਗੜਿਆ ਹੋਇਆ ਮਨ, ਜਿਹੜੀ ਉਹਦੀ ਆਪਣੀ ਅਸਲ ਕਹਾਣੀ ਹੈ, ਉਹਨੇ ਆਖਿਆ ਵੀ ਭਲਾ ਇਹੋ ਜਿਹੀ ਕਿਹੜੀ ਅੱਗ ਹੈ ਜਿਹਦੇ ਨਾਲ ਮੇਰੇ ਮਨ 'ਚ ਦੀ ਰੋਸ਼ਨੀ ਬਣੀ ਰਹੇ। ਤੇ ਗੁਰੂ ਨੇ ਇੱਕ ਆਵਾਜ਼ ਦਿੱਤੀ, ਸੰਸਾਰ ਦਾ ਇੱਕ ਨਿਯਮ ਉਹਦੇ ਸਾਹਮਣੇ ਆਇਆ, ਉਹ ਇਹ ਕੀ ਸੀ? ਜੈਸੀ ਅਗਨ ਉਧਰ ਪੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮੈਂ, ਤੈਸੀ ਬਾਹਰ ਗੁਰੂ ਨੇ ਵੀ ਆਖ ਦਿੱਤਾ ਮਨ ਮਾਇਆ ਸਬੰਧ ਟੁੱਟ ਗਿਆ, ਉਸ ਦਿਨ ਮੇਰੀ ਕੋਲ ਰੋਸ਼ਨੀ ਨਹੀਂ ਰਹਿਣੀ, ਮੇਰੀ ਖੇਡ ਖਤਮ ਹੋ ਜਾਣੀ। ਮਨ ਦੀ ਖੇਡ ਮਾਇਆ ਦੇ ਸੰਬੰਧ ਨਾਲ ਚੱਲਦੀ ਹੈ, ਚੱਲ ਰਹੀ। ਕਹਿਣ ਲੱਗਿਆ ਤੂੰ ਅੱਗ ਹੈ, ਤੂੰ ਰੋਸ਼ਨੀ,
ਮੈਨੂੰ ਵੀ ਆਪਣੀ ਖੇਡ ਖੇਡਣ ਲਈ ਰੋਸ਼ਨੀ ਚਾਹੀਦੀ ਹੈ, ਮੈਂ ਤੇਰੇ ਨਾਲ ਸੰਬੰਧ ਜੋੜਿਆ, ਜਿੰਨੀ ਦੇਰ ਤੂੰ ਮੇਰੇ ਵਿਹੜੇ ਵਿੱਚ ਜਲਦੀ ਰਹੇਗੀ ਤਾਂ ਹੇ ਮਾਇਆ, ਜਿੰਨੀ ਦੇਰ ਤੇਰੀ ਚਕਾਚੌਂਧ ਬਣੀ ਰਹੇਗੀ, ਤੇਰੀ ਰੋਸ਼ਨੀ ਬਣੀ ਰਹੇਗੀ, ਮੇਰੀ ਖੇਡ ਚੱਲਦੀ ਰਹੇਗੀ। ਜਿਸ ਦਿਨ ਤੇਰੀ ਲਾਈਟ ਬੁੱਝ ਗਈ, ਤੇਰੀ ਹੋਂਦ ਮੇਰੇ ਹਿਰਦੇ ਵਿੱਚੋਂ ਮੇਰੇ ਅੰਦਰੋਂ ਖਤਮ ਹੋ ਗਈ, ਉਸ ਦਿਨ ਮਨ ਦੀ ਖੇਡ ਵੀ ਖਤਮ ਹੋ ਜਾਏ। ਬਾਬਾ ਕਬੀਰ ਜੀ ਦਾ ਅੱਜ ਦਾ ਇਹ ਸ਼ਬਦ ਇਸ ਕਹਾਣੀ ਦਾ ਪ੍ਰਤੀਕ, ਬੜਾ ਸਲੋ ਮਨ ਜੋੜ ਕੇ ਇਸ ਗੱਲ ਨੂੰ ਬੜਾ ਡੀਪਲੀ ਸਮਝਣ ਦਾ ਅੱਜ ਦੀ ਕਹਾਣੀ। ਕਹਿਣ ਲੱਗੇ ਮੇਰੀ ਕਹਾਣੀ ਤੇਰੇ ਨਾਲ ਹੈ, ਮਾਇਆ ਨੂੰ ਆਖਣ ਲੱਗਾ ਚੱਲ ਪਈ ਕਹਾਣੀ ਮਨ ਦੀ, ਤੇ ਉਹਦਾ ਹਾਲ ਉਹਦੀ ਕਹਾਣੀ ਕਿਸ ਤਰ੍ਹਾਂ ਸੀ, ਨਾਚ ਸ਼ੁਰੂ ਹੋ ਗਿਆ ਮੰਚ ਤੇ, ਜੀਵਨ ਦੇ ਮੰਚ ਤੇ, ਇਸ ਥੀਏਟਰ ਵਿੱਚ ਨਾਚ ਸ਼ੁਰੂ ਹੋ ਗਿਆ ਤੇ ਮਨ ਨੱਚ ਰਿਹਾ ਸੀ, ਕਿਉਂਕਿ ਜਿੱਥੇ ਨਾਚ ਹੋਵੇ ਨਾ, ਜਿੱਥੇ ਇਸ ਕਿਸਮ ਦਾ ਕੋਈ ਵੀ ਸਮਾਗਮ ਹੋਵੇ ਉੱਥੇ ਲਾਈਟ ਜ਼ਿਆਦਾ ਲੋੜ ਹੁੰਦੀ ਹੈ। ਮਾਇਆ ਦੀ ਲਾਈਟ ਵਿੱਚ, ਮਾਇਆ ਦੀ ਰੋਸ਼ਨੀ ਵਿੱਚ ਮਨ ਆਪਣਾ ਨਾਚ ਪਿਆ ਕਰਦਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਸ਼ਬਦ ਹੁਣੇ ਆਇਆ ਸੀ, ਸਤਿਗੁਰੂ ਨੇ ਆਖਿਆ ਕਹਿ ਮਦੀਰੇ ਵੱਜ ਰਹੇ ਘੁੰਗਰੂ, ਮਦੀਰੇ ਤੋਂ ਮਤਲਬ ਘੁੰਗਰੂ, ਦੋਲਕ ਦੁਨੀਆ ਸੰਸਾਰ ਸਾਰੇ ਨੇ ਹੱਥ ਵਿੱਚ ਢੋਲਕ ਫੜੀ ਹੋਈ ਹੈ, ਹਰ ਪਾਸੇ ਕੋਈ ਮਾਇਆ ਦੇ ਇਸ ਅਡੰਬਰ ਦੇ ਵੱਡੇ ਸਮਾਗਮ ਵਿੱਚ ਸ਼ਾਮਿਲ ਹੋਇਆ ਹੈ, ਵਾਜੇ ਵੱਜ ਰਹੇ ਨੇ, ਤੇ ਮਨ ਜਿਹੜਾ ਨਾਰਦ ਬਣ ਕੇ ਇਸ ਮੰਚ ਤੇ ਨੱਚ ਰਿਹਾ ਹੈ, ਇੰਨਾ ਨੱਚ ਚੱਲ ਰਿਹਾ ਮਨ ਦਾ ਤੇ ਇਹਨਾਂ ਚੀਜ਼ਾਂ ਦਾ, ਕੋਈ ਜਟੀ ਸਤੀ ਚੰਗਾ ਮਨੁੱਖ, ਚੰਗਾ ਸੇਚ, ਚੰਗੀ ਬਿਰਤੀ ਵਾਲੇ ਮਨੁੱਖ ਲਈ ਤਾਂ ਇਸ ਧਰਤੀ ਤੇ ਕੋਈ ਥਾਂ ਹੀ ਨਹੀਂ ਰਹੀ। ਕੈਸਾ ਨਾਚ ਹੈ ਸੰਸਾਰ ਦਾ, ਇੱਥੇ ਚੰਗੇ ਪੁਰਸ਼ ਨੂੰ ਕੋਈ ਨਹੀਂ ਪੁੱਛਦਾ, ਇੱਥੇ ਕਿਸੇ ਭਲੇ ਪੁਰਸ਼ ਦੀ ਕੋਈ ਵੈਲਿਊ ਨਹੀਂ। ਜਿੰਨਾ ਕੋਈ ਜ਼ਿਆਦਾ ਕਰਪਟ ਹੈ, ਜਿੰਨਾ ਕੋਈ ਜ਼ਿਆਦਾ ਕ੍ਰਿਮੀਨਲ ਹੈ, ਜਿੰਨਾ ਕੋਈ ਜ਼ਿਆਦਾ ਜ਼ਾਲਮ ਹੈ, ਉਹਨਾਂ ਹੀ ਇੱਥੇ ਰਾਜ ਕਰ ਰਿਹਾ। ਇਸ ਮੰਚ ਤੇ ਕੇਵਲ ਤੇ ਕੇਵਲ ਉਸੇ ਦਾ ਨਾਚ ਚੱਲ ਰਿਹਾ ਜਿਸ ਦੀ ਲਾਠੀ ਵਾਲੀ ਗੱਲ ਮੇਰੇ ਲਫ਼ਜ਼ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿਣ ਲੱਗੇ, ਨਾਰਦ ਨਾਚੇ ਨਾਰਦ ਨਾਚੇ ਕਲਕਾ ਬਹਾਓ। ਕਹਿਣ ਲੱਗੇ ਕਲਯੁਗ ਦੀ ਇਹ ਨਿਸ਼ਾਨੀ ਹੈ ਕਿ ਸੰਸਾਰ ਦੇ ਮੰਚ ਤੇ ਨਾਰਦ ਦਾ ਨਾਚ ਹੈ। ਮੈਂ ਇੱਕ ਵਾਰ ਕੀਤੀ ਸੀ ਨਾਰਦ ਜਿਸ ਨੂੰ ਆਖਦੇ ਨੇ ਆਪਾਂ ਸਾਰੇ ਜਾਣ, ਧਰਮ ਦੀ ਦੁਨੀਆ ਦਾ ਸ਼ੈਤਾਨ ਹੈ ਦੇਵਤਾ, ਪਰ ਜਿੰਨੀ ਦੇਵਤਿਆਂ ਦੇ ਘਰ ਵਿੱਚ ਲੜਾਈ ਫਸਾਦ ਝਗੜੇ ਖੜੇ ਕਰਨ ਵਾਲਾ ਹੈ ਉਹ ਨਾਰਦ ਹੈ। ਮੈਂ ਗੱਲ ਕੀਤੀ ਸੀ ਉਹ ਕਾਰਨ ਹੈ, ਜਦੋਂ ਕੋਈ ਬਹੁਤਾ ਸ਼ਰਾਰਤੀ ਮਨੁੱਖ ਸਾਡੇ ਸਾਹਮਣੇ ਆਵੇ ਅਸੀਂ ਆਖਣੇ ਤਾਂ ਨਿਰਾ ਨਾਰਦ ਬਣੀ ਹੈ, ਜਦੋਂ ਇੱਧਰ ਲਈ ਉੱਧਰ ਲਈ ਲਾ ਕੇ ਚੁੱਕ ਕਿਸੇ ਨੂੰ ਮਿਲ ਕੇ ਬੈਠਣ ਨਾ ਦੇਵੇ ਆਪਣੇ, ਇਹ ਤਾਂ ਨਾਰਦ ਬਣੀ ਹੈ ਦੇਵਤਾ। ਕਹਿਣ ਲੱਗੇ ਸੰਸਾਰ ਦੇ ਧਰਮ ਖੇਤਰ ਵਿੱਚ ਵੀ ਹੁਣ ਨਾਰਦ ਪੈ ਨੱਚਦਾ, ਕਿਸੇ ਚੰਗੇ ਮਨੁੱਖ ਦੀ ਕੋਈ ਥਾਂ ਨਹੀਂ। ਨਾਰਦ ਨਾਚੇ ਕਲ ਕਾ ਭਾਉ, ਜਤੀ ਸਤੀ ਚੰਗੇ ਮਨੁੱਖ, ਜਤੀ ਸਤੀ ਸਦੀ ਕਿੱਥੇ ਪੈਰ ਰੱਖਣ, ਉਹਨਾਂ ਦੇ ਪੈਰ ਰੱਖਣ ਦੀ ਥਾਂ ਵੀ ਨਹੀਂ। ਸਾਰੇ ਮੰਚ ਤੇ ਨਾਰਦ ਦਾ ਨਾਚ ਕੇ ਹੁੰਦਾ ਹੈ, ਮਨ ਨਾਰਦ ਬਣ ਚੁੱਕਾ ਹੈ ਤੇ ਉਹਦੇ ਦੁਆਲੇ ਚਹਿਲ ਪਹਿਲ ਮਾਇਆ ਦੀ ਅਗਨ ਦੀ ਹੈ, ਅਗਨ ਦੀ ਰੋਸ਼ਨੀ ਦੀ, ਸਭ ਕੁਝ ਇਹੋ ਸੰਸਾਰ ਦਾ ਚੱਲ ਰਿਹਾ। ਹੁਣ ਆਪਾਂ ਜ਼ਰਾ ਉਸ ਪਾਸੇ ਮੁੜੀਏ ਤੇ ਸ਼ਬਦ ਬਣ। ਬਾਬਾ ਕਬੀਰ ਕਹਿੰਦੇ ਨੇ ਜੇ ਰੱਬੀ ਰਹਿਮਤ ਹੋਈ ਤਾਂ ਅਚਾਨਕ, ਜਿਹੜਾ
ਲੋਭ ਲਾਲਚ ਦਾ ਤੇਲ ਸੀ ਨਾ ਜਿਹਦੇ ਨਾਲ ਇਹ ਮਾਇਆ ਦੀ ਅਗਨ ਬਲ ਕੇ ਤੇ ਇਹ ਸਾਰੀ ਰੋਸ਼ਨੀ ਦਾ ਤੇ ਸਾਰੇ ਅਡੰਬਰ ਦਾ ਸਾਧਨ ਬਣੀ ਹੋਈ ਸੀ। ਮੇਰੇ ਰੱਬ ਦੀ ਰਹਿਮਤ ਦਾ ਸਦਕਾ, ਸਾਧ ਸੰਗਤ ਦੀ ਰਹਿਮਤ ਦਾ ਸਦਕਾ ਹੋਇਆ ਕਿ ਤੇਲ ਖਤਮ ਹੋ ਗਿਆ। ਸਭ ਤੋਂ ਪਹਿਲਾਂ ਗੁਰੂ ਨਾਲ ਜੁੜੋ ਨਾ ਤਾਂ ਲੋਭ ਦਾ ਤੇਲ ਖਤਮ ਹੁੰਦਾ। ਮੈਂ ਫਰਜ਼ ਕੀਤੀ ਸੀ ਸਤਿਗੁਰੂ ਨੇ ਆਪਣੀ ਰਸਨਾ ਤੁਸੀਂ ਆਸਰ ਦੀ ਵਾਰ ਵਿੱਚ ਵੀ ਆਖਿਆ, ਕਹਿਣ ਲੱਗੇ ਜਿਹਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨਹਾਂ ਨਾਮ ਦਿੜਾਵੇ ਰਾਮ ਰਾਜੇ। ਅਗਲੀ ਲਾਈਨ ਪੜ੍ਹੋ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੇ। ਤ੍ਰਿਸ਼ਨਾ ਭੁੱਖ ਕੀ ਹੈ? ਲੋਭ ਲਾਲਚ ਗੁਰੂ ਦੇ ਮਿਲਾਪ ਦੀ ਪਹਿਲੀ ਨਿਸ਼ਾਨੀ। ਕਿਉਂ ਦੇ ਅੰਦਰੋਂ ਲੋਭ ਲਾਲਚ ਨੂੰ ਖਤਮ ਹੋ ਗਿਆ ਕਰ ਦਿੰਦਾ ਹੈ ਤੇ ਲੋਭ ਨੂੰ ਤੇਲ ਆਖਦੇ, ਲੋਭ ਨੂੰ ਤੇਲ ਆਖਦੇ। ਆ ਸੰਸਾਰ ਦੀ ਕਹਾਵਤ ਵੀ ਬਣ ਗਈ ਕਿ ਤੇਲ ਤਮਾਂ ਜਾਂ ਕੋ ਮਿਲੇ ਤੁਰਤ ਨਰਮ ਹੋ ਜਾਏ। ਕਿਸੇ ਨੂੰ ਲੋਭ ਲਾਲਚ ਦੇ ਦਿਓ ਕਿ ਤੈਨੂੰ ਆਹ ਮਿਲੇਗਾ ਤੂੰ ਛੱਡ ਦੇ, ਕੀ ਲੈਣਾ ਸਿੱਖੀ ਕੋਲੋਂ। ਆ ਫਲਾਣੀ ਦਾ ਦੋਸਤ ਹੈ, ਦੋਸਤੀ ਦਾ ਚੁੱਕ ਹੀ ਲੈਣਾ। ਜੇ ਤੈਨੂੰ ਜਿਹਦੀ ਦੋਸਤੀ ਧੋਖੇ ਵਿੱਚ ਬਦਲ ਜਾਏ, ਜੇ ਤੂੰ ਵਫਾਦਾਰੀ ਨੂੰ ਕਿਸੇ ਗੱਦਾਰੀ ਵਿੱਚ ਬਦਲ ਦੇਵੇਂ, ਤੂੰ ਇੰਨੀ ਦੌਲਤ ਦਾ ਮਾਲਕ ਬਣ ਸਕਣਾ, ਮਿੰਟਾਂ 'ਚ ਬਦਲ ਜਾਂਦਾ। ਦੋਸਤੀ ਦਾ ਭਰੋਸਾ ਨਹੀਂ ਦੇਣਾ। ਸਿਆਣਿਆਂ ਨੇ ਆਖੀ ਦਿੱਤਾ ਤੇਲ ਤਮਾਂ ਜਾਕੋ ਮਿਲੇ, ਵੀ ਤੇਲ ਵਾਲਾ ਕੰਮ ਕਰਦਾ ਹੈ। ਤੇ ਇੱਥੇ ਵੀ ਇਹ ਗੱਲ ਆਖ ਦਿੱਤੀ, ਕਹਿਣ ਲੱਗੇ ਲੋਭ ਸੀ ਇਸ ਕ੍ਰਿਸ਼ਨਾ ਦੀ ਅੱਗ ਨੂੰ ਜਲਾਉਣ ਵਾਲਾ, ਜਿਹੜਾ ਮਾਇਆ ਦਾ ਰੂਪ ਸੀ ਉਹ ਜਲਾਉਣ ਵਾਲਾ ਸੀ ਤੇਲ, ਤੇਲ ਸੀ ਲੋਭ, ਤੇਲ ਖਤਮ ਹੋ ਗਿਆ ਕਿਉਂਕਿ ਗੁਰੂ ਨੇ ਬਖਸ਼ਿਸ਼ ਕਰਕੇ ਸਭ ਤੋਂ ਪਹਿਲਾਂ ਲੋਭ ਖਤਮ ਕੀਤਾ। ਇਸ ਕੀ ਕ੍ਰਿਸ਼ਨਾ ਭੁੱਖ ਤੇਲ ਖਤਮ ਹੋਇਆ। ਬਾਬਾ ਕਬੀਰ ਜੀ ਉਸੇ ਹੀ ਐਗਜ਼ਾਮਪਲ ਵਿੱਚੋਂ ਆਪਣੇ ਅੰਦਰ ਦੀ ਸਫਾਈ ਕਰਨ ਦੀ, ਅੰਦਰ ਦੀ ਪਵਿੱਤਰਤਾ ਦੀ ਇੱਕ ਐਗਜ਼ਾਮਪਲ ਲੈ ਰਹੇ ਨੇ। ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਕਿ ਅੰਦਰ ਜੋ ਕੁਝ ਮਨ ਨਾਰਦ ਪਿਆ ਨੱਚਦਾ ਹੈ ਉਹਨੇ ਰੋਸ਼ਨੀ ਲਈ ਹੋਈ ਹੈ ਮਾਇਆ ਦੀ, ਮਨ ਮਾਇਆ ਮੈਂ ਲੱਗਦਾ ਹੈ। ਪਰ ਗੁਰੂ ਨੇ ਰਹਿਮਤ ਕਰਕੇ ਸਭ ਤੋਂ ਪਹਿਲਾਂ ਜਿਹੜਾ ਲੋਭ ਦਾ ਤੇਲ ਸੀ ਨਾ ਜਿਹਦੇ ਨਾਲ ਮਾਇਆ ਦੀ ਅੱਗ, ਕ੍ਰਿਸ਼ਨਾ ਦੀ ਅੱਗ ਬਲ ਰਹੀ ਸੀ, ਸਭ ਤੋਂ ਪਹਿਲਾਂ ਉਹ ਤੇਲ ਖਤਮ ਕੀਤਾ। ਹੁਣ ਬੱਤੀ ਵੀ ਬੁੱਝ ਗਈ, ਹੁਣ ਜੇ ਬੱਤੀ ਬੁੱਝਦਾ ਤੇ ਨਾਰਦ ਦਾ ਨਾਚ ਵੀ ਖਤਮ ਹੋ ਜਾਣਾ। ਨਾਚ ਵੀ ਤਾਂ ਉਹਨੀ ਦੇਰ ਕਦੇ ਵੇਖਿਆ ਜੇ ਕਿਸੇ ਥੀਏਟਰ ਦੇ ਮੰਚ ਤੇ ਬੱਤੀ ਬੁੱਝ ਜਾਏ, ਲਾਈਟ ਚਲੀ ਜਾਏ ਤੇ ਲੋਕ ਨੱਚਦੇ ਰਹੇ। ਕਹਿਣ ਲੱਗੇ ਇਹ ਹਾਲਤ ਹੋ ਗਈ, ਬੱਤੀ ਸੁੱਕੀ ਬੰਦ ਕਰ ਦਿੱਤਾ। ਹੁਣ ਹੈ ਹੀ ਕੁਝ ਨਹੀਂ ਅੰਧੇਰੇ ਵਿੱਚ, ਢੋਲ ਵਜਾਉਣ ਦਾ ਕੀ ਫਾਇਦਾ। ਮੰਦਰ ਨਾ ਬਾਜੇ, ਨਟ ਮਨ ਜਿਹੜਾ ਨਾਟਕ ਕਰ ਰਿਹਾ ਸੀ, ਜਿਹੜਾ ਉੱਥੇ ਨੱਚ ਰਿਹਾ ਸੀ ਉਹ ਵਿਚਾਰਾ ਵੀ ਸੌ ਗਿਆ। ਹੁਣ ਅੰਧੇਰੇ ਵਿੱਚ ਸੌਣਾ ਹੀ ਹੁੰਦਾ ਤੇ ਸੌਣ ਦਾ ਦੂਜਾ ਨਾਮ ਟਿਕਾਓ ਹੁੰਦਾ, ਸੌਣ ਦਾ ਦੂਜਾ ਨਾਮ ਸ਼ਾਂਤੀ ਵੀ ਹੁੰਦਾ, ਏਕਾਗਰਤਾ ਵੀ ਹੁੰਦਾ।
ਮਨੁੱਖ ਸਾਰਾ ਦਿਨ ਦੀ ਥਕਾਵਟ, ਸਾਰੇ ਦਿਨ ਦੀ ਦੌੜ ਲਾ ਕੇ ਸ਼ਾਮਾਂ ਨੂੰ ਆ ਕੇ ਸਮੇਂ ਨਾਲ ਸੌਣਾ ਕਿਉਂ ਚਾਹੁੰਦਾ? ਥਕਾਵਟ ਉਤਰਦੀ ਹੈ, ਉਹਦੇ ਵਿੱਚ ਕੋਈ ਸ਼ਾਂਤੀ ਹੈ? ਸਾਰੇ ਦਿਨ ਦੀ ਬਣੀ ਹੋਈ ਮਨ ਦੀ ਉਤੇਜਨਾ ਖਤਮ ਹੁੰਦੀ ਹੈ। ਇੱਥੇ ਨੀਂਦ ਦਾ, ਸੌਣ ਦਾ ਅਰਥ ਇਹ ਲਿਆ ਨੇ। ਬਾਬਾ ਕਰੀਬ ਜੀ ਦੇ ਖਿਆਲ ਬੜੇ ਸਮਝਣ ਵਾਲੇ ਨੇ। ਕਹਿਣ ਲੱਗੇ, ਮੰਦਰ ਨਾ ਬਾਜੇ ਨੱਟ ਪੈ ਸੂਤਾ, ਉਹ ਮਨ ਰੂਪੀ ਨਾਟਕਕਾਰ ਨੱਚ ਜਿਹੜਾ ਨੱਚ ਰਿਹਾ ਸੀ ਇਸ ਜੀਵਨ ਦੇ ਵਿਹੜੇ ਵਿੱਚ। ਜਦੋਂ ਲੋਭ ਦਾ ਤੇਲ ਖਤਮ ਹੋਇਆ, ਕ੍ਰਿਸ਼ਨਾ ਦੀ ਅਗਨ ਬੁੱਝੀ, ਮਾਇਆ ਨਾਲੋਂ ਸੰਬੰਧ ਟੁੱਟਿਆ, ਹੁਣ ਨਤੀਜਾ ਇਹ ਹੋਇਆ ਉਹਦਾ ਨਾਚ ਹੀ ਖਤਮ ਹੋ ਗਿਆ। ਜਿੰਨਾ ਮਨ ਨੱਚਦਾ ਉਹ ਮਾਇਆ ਦੇ ਵਿਹੜੇ ਵਿੱਚ ਹੀ ਨੱਚਦਾ, ਉਹਦਾ ਵਿਹੜਿਆ ਹੀ ਨੱਚਦਾ। ਨੱਟ ਪੈ ਸੂਤਾ, ਬੁਝ ਗਈ ਅਗਨ, ਕ੍ਰਿਸ਼ਨਾ ਦੀ ਅਗਨ ਬੁਝ ਗਈ, ਬਲਕਿ ਇਹਦੇ ਵਿੱਚੋਂ ਧੂੰਆਂ ਬਣ ਕੇ ਜਿਹੜੀਆਂ ਆਸਾ ਕ੍ਰਿਸ਼ਨਾ ਦਾ ਅਡੰਬਰ ਹਮੇਸ਼ਾ ਸੋਚਾਂ ਨਿਕਲ ਗਈਆਂ ਸਨ, ਉਹ ਵੀ ਖਤਮ। ਹੁਣ ਮਨ ਕੁਝ ਮੰਗਦਾ ਹੀ ਨਹੀਂ, ਮਨ ਰੱਜ ਗਿਆ, ਹੁਣ ਭੁੱਖਾ ਨਹੀਂ। ਬੁਝ ਗਈ ਅਗਨ ਨਾਨਕ ਸਿਆ ਧੂਆ, ਰਲ ਰਹਿਆ ਇੱਕ ਅਵਰ ਨਹੀਂ ਦੀਵਾ। ਹੁਣ ਉਹਨੂੰ ਹਰ ਪਾਸੇ ਇੱਕ ਪਰਮਾਤਮਾ ਦਿਸਦਾ ਹੈ। ਦੌੜ ਖਤਮ ਹੋ ਗਈ, ਜਿਹੜੀ ਆਸਾ ਤ੍ਰਿਸ਼ਨਾ ਦੀ ਲੰਬੀ ਤਾਰ ਨੇ ਇਹਦੇ ਜੀਵਨ ਦੇ ਰਬਾਬ ਨੂੰ ਇੱਕ ਵੱਖਰੀ ਕਿਸਮ ਦਾ ਗੀਤ ਗਾਉਣ, ਸੰਗੀਤ ਗਾਉਣ ਲਾਇਆ ਹੋਇਆ ਸੀ, ਆਵਾਜ਼ਾਂ ਦੇ ਰਿਹਾ ਸੀ, ਉਹ ਤਾਰ ਵੀ ਟੁੱਟ ਗਏ। ਟੂਟੀ ਤੰਤ ਨਾ ਬਜੇ ਰਬਾਬ, ਹੁਣ ਜੀਵਨ ਹੈ ਪਰ ਆਸਾ ਕ੍ਰਿਸ਼ਨ ਦੇ ਗੀਤ ਨਹੀਂ ਨਿਕਲਦੇ। ਜੀਵਨ ਹੈ ਪਰ ਆਸਾ ਕ੍ਰਿਸ਼ਨ ਦੀਆਂ ਟਿਊਨਾਂ ਨਹੀਂ ਨਿਕਲਦੀਆਂ, ਵਿਕਾਰਾਂ ਦੇ ਗੀਤ ਇਹਦੇ ਅੰਦਰੋਂ ਨਹੀਂ ਨਿਕਲਦੇ। ਆਖਰ ਤਾਂ ਮਨ ਨੇ ਤਨ ਨੇ ਕੁਝ ਕਰਨਾ, ਮਨ ਵੀ ਉਹ ਇੱਕ ਗੁਰਮੁਖ ਦਾ ਮਨ ਵੀ ਤਾਂ ਹੈ, ਇੱਕ ਗੁਰਮੁਖ ਦਾ ਤਨ ਵੀ ਹੈ, ਇੱਕ ਮਨਮੁਖ ਦਾ ਮਨ ਵੀ ਹੈ। ਮਨਮੁਖ ਦਾ ਤਨ ਵੀ, ਤਨ ਮਨ ਤੇ ਦੋਵਾਂ ਕੋਲ ਨੇ ਪਰ ਦੋਵਾਂ ਦਾ ਸੰਗੀਤ ਵੱਖਰਾ ਹੈ, ਦੋਵਾਂ ਦਾ ਮੰਚ ਵੱਖਰਾ ਹੈ, ਦੋਵਾਂ ਦਾ ਨਿਰਤ ਜੀਵਨ ਦਾ ਉਹ ਵੱਖਰਾ ਹੈ। ਉਹਦੇ ਨਿਰਤ ਨੂੰ ਮਨ ਕੰਟਰੋਲ ਕਰ ਰਿਹਾ, ਮਾਇਆ ਕੰਟਰੋਲ ਕਰ ਰਹੀ ਹੈ, ਤੇ ਜਿਹੜਾ ਗੁਰਮੁਖ ਹੈ ਉਹਦੇ ਨਿਰਤ ਨੂੰ, ਜੀਵਨ ਦੇ ਨਿਰਤ ਨੂੰ ਗੁਰੂ ਕੰਟਰੋਲ ਕਰ ਰਿਹਾ। ਸ਼ਬਦ ਬਾਣੀ ਵਿੱਚ ਆਖਿਆ, ਕਹਿਣ ਲੱਗੀ ਮੈਂ ਦੇਖਦਾ ਪਈ ਹਾਂ, ਸੱਤ ਸੰਤੋਖ ਵਸੇ ਵੱਜੇ ਦੋਏ ਤਾਲ, ਪੈਰੀ ਵਾਜਾ ਸਦਾ ਨਿਹਾਲ। ਸੱਤ ਤੇ ਸੰਤੋਖ ਦੇ ਤਾਲ ਗੁਰੂ ਵਜਾਉਂਦਾ, ਤੇ ਲੋਭ ਲਾਲਚ ਦੇ, ਮਾਇਆ ਮੋਹ ਦੇ ਤਾਲ ਸ਼ੈਤਾਨ ਵਜਾਉਂਦਾ। ਤੇ ਜਿੰਨੀ ਦੇਰ ਉਹਨਾਂ ਤਾਲਾਂ ਤੇ ਮਨ ਨੱਚਦਾ ਉਹਦਾ ਨਿਰਤ ਹੋਰ ਹੁੰਦਾ, ਜਿਸ ਦਿਨ ਸੱਤ ਸੰਤੋਖ ਦੇ ਤਾਲ ਤੇ ਮਨ ਨੱਚਦਾ ਉਹਦਾ ਨਿਰਤ ਹੋਰ ਹੁੰਦਾ। ਉਹਦੇ ਗੀਤ ਬਦਲ ਜਾਂਦੇ ਨੇ, ਉਹਦੇ ਸੰਗੀਤ ਬਦਲ ਜਾਂਦੇ ਨੇ, ਉਹਦੇ ਜੀਵਨ ਦੇ ਸਾਜ਼ ਬਦਲ ਜਾਂਦੇ ਨੇ। ਹੁਣ ਜਿਹੜਾ ਰਬਾਬ ਪਹਿਲਾਂ ਵੱਜਦਾ ਸੀ ਉਹ ਟੁੱਟ ਗਿਆ, ਜਿਹਦੇ ਆਖੇ ਲੱਗ ਕੇ, ਜਿਸ ਸੁਰਾਂ ਦੇ ਉੱਤੇ ਸੁਰ ਹੋ ਕੇ ਮਨੁੱਖ ਨੇ ਆਪਣਾ ਕਾਜ਼, ਆਪਣਾ ਕਰਤੱਵ ਜਿਹੜਾ ਸੀ, ਆਪਣਾ ਜਿਹੜਾ ਮਕਸਦ ਸੀ ਜੀਵਨ ਦਾ, ਉਹ ਭੁੱਲ ਗਿਆ ਤੇ ਗਵਾ ਦਿੱਤਾ ਸੀ। ਕਥਨੀ ਬਦਨੀ ਕਹਿਣ ਕਹਾਵਣ ਵਿੱਚ ਗੱਲਾਂ ਨਾਲ ਹੀ ਸੰਸਾਰ ਨੂੰ ਚਾਰਨ ਤੇ ਲੱਗਾ ਹੋਇਆ ਸੀ। ਬਾਣੀ ਵਿੱਚ ਆਖਿਆ, ਕਹਿਣ ਕਹਾਵਣ ਕੋ ਕਈ ਕੀਤੇ, ਬੜੇ ਸੰਸਾਰ ਦੇ ਲੋਕ ਨੇ ਜਿਹੜੇ ਗੱਲਾਂ ਨਾਲ ਸੰਸਾਰ ਨੂੰ ਰਿਝਾਉਂਦੇ ਨੇ। ਕਹਿਣ ਕਹਾਵਣ ਕੋ ਕਈ ਕੀਤੇ, ਕਹਿਣ ਲੱਗੇ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੇ ਬੀਤੇ।
कह तो कहती सुनी रहत को खुशी ना आयो गुरु कहन लगे कथनी बदनी कहन कहावन संसार दे सदा ते तहनु दे खेतर विच भी बहुत सारे लोग ने जेड़े गल्लां नाल संसार नु खुश रखते ने पर कहन लगे जिस दिन उन्हां नु समझ पै गई ना भी इस मंच दी खेड़ विच कुछ भी नहीं बस सारे गावन सारे गीत सारे संगीत जेड़े उस मंच ते खेडे जा रहे सन वो सारे खत्म हो जाते हैं। कथनी बदनी कहन कहावन समझ परी तो बिसरे गावन कहन लगे कहे कबीर पंच जोत चूरे जेड़े काम क्रोध लोभ मोह अहंकार जेड़े इस खेड दा कंट्रोल कर रहे ने चला रहे ने हर तरह दा अडंबर ते इंतजाम कर रहे ने इंतजामिए ने कहन लगे जिस दिन इना पंजां नू मार लेंगा सारा इंतजाम ही खत्म हो जाएगा फिर तेरे विच ते रब दे मिलाप विच कोई दूरी नहीं रह जाएगी केवल एक खेड़ ही तेरे ते उन्दे दरम्यान दूरी बनाई बैठी। बाबा कबीर जी कहन लगे कहत कबीर पंच जो चूरे कहत कबीर शांति हो गया हूँ सो गया कहते संतुष्ट हो के फिक्र चिंतावां विच प्यार रहिंदा है। कहिंदे ने इह इक मन दा नाच है ते इह अग नाल संबंध रखदा है। अग है तृष्णा लोभ दे तेल नाल बलदी रहिंदी है
ਕਹਿਣ ਲੱਗੇ ਜਿਸ ਦਿਨ ਗੁਰੂ ਦੀ ਰਹਿਮਤ ਹੁੰਦੀ ਹੈ ਉਸ ਦਿਨ ਅੰਦਰੋਂ ਇਹ ਲੋਭ ਦਾ ਤੇਗ ਖਤਮ ਹੁੰਦਾ, ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਕਿਰਤ ਰਹਿ ਜਾਂਦੀ। ਮਨੁੱਖ ਕਿਰਤ ਕਰਦਾ ਹੈ, ਕਮਾਉਂਦਾ ਹੈ, ਕਮਾਉਂਦਿਆਂ ਸੁੱਖ ਪਹੁੰਚ, ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਉੱਦਮ ਕਰਿੰਦਿਆਂ ਜੀਵ ਤੋਂ, ਕਮਾਉਂਦਿਆਂ ਸੁੱਖ ਪਹੁੰਚ, ਤਿਆਗਦਿਆਂ ਤੋਂ ਪ੍ਰਭੂ ਮਿਲ, ਨਾਨਕ ਉਤਰੀ ਚਿੰਨ। ਫਿਰ ਕਿਰਤ ਰਹਿ ਜਾਂਦੀ ਹੈ, ਉੱਦਮ ਰਹਿ ਜਾਂਦਾ, ਉੱਦਮ ਨਾਲ ਕਿਰਤ ਕਰਦਾ, ਦੁਨੀਆਂ ਦੇ ਸੁੱਖ ਭੋਗਦਾ, ਪਰ ਅੰਦਰ ਦੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹ ਬੁੱਝ ਜਾਂਦੀ। ਉਹ ਮਨ ਜਿਹੜਾ ਦਿਨ ਰਾਤ ਦੌੜਿਆ ਫਿਰਦਾ, ਨਿਰਤ ਕਰਦਾ ਮਾਇਆ ਦੇ ਉਸ ਰੋਸ਼ਨੀ ਵਿੱਚ, ਉਹਦਾ ਟਿਕਾਓ ਹੋ ਜਾਂਦਾ। ਗੁਰੂ ਬਖਸ਼ਿਸ਼ ਕਰੇ ਆਪਣੀ ਰਸਨਾ ਤੋਂ ਬਾਬਾ ਕਬੀਰ ਜੀ ਨੇ ਇਸ ਐਗਜ਼ਾਮਪਲ ਰਾਹੀਂ ਐਸੀ ਦਿਸ਼ਾ ਦਿੱਤੀ ਹੈ ਜਿਸ ਦੀ ਸਾਨੂੰ ਅੱਜ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।